हे गाइस यू आर ऑन पीएससी विथ इंग्लिश मैं हूं टोडनल स्वयम हो सारे सारे जा सो क्लास 10th ਵਾਲਿਓ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਵੀਡੀਓ ਜਿਹਦੇ ਵਿੱਚ ਅੱਜ ਅਸੀਂ ਤੁਹਾਡੇ ਸਾਰੇ ਦੇ ਸਾਰੇ ਜਿਹੜੇ ਸ਼ਾਰਟ ਆਂਸਰ ਵਾਲੇ ਕੁਐਸ਼ਨਸ ਨੇ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਜਾਣੇ ਨੇ ਉਹਨਾਂ ਨੂੰ ਕਵਰ ਕਰਨ ਜਾ ਰਹੇ ਹਾਂ ਜੇ ਤੁਸੀਂ ਦੇਖ ਪਾ ਰਹੇ ਹੋ ਕਿ ਐਮਬੀਡੀ ਦੀ ਐਗਜ਼ਾਮੀਨੇਸ਼ਨ ਮਾਸਟਰ ਇਥੇ ਮੇਰੇ ਸਾਹਮਣੇ ਪਈ ਹੋਈ ਹੈ ਤੇ ਇਹਨੂੰ ਖੋਲ ਕੇ ਅੱਜ ਤੁਹਾਨੂੰ ਅਸੀਂ ਸਮਝਾਉਣਾ ਸਟਾਰਟ ਕਰਨ ਜਾ ਰਹੇ ਹਾਂ ਤੇ ਅਸੀਂ ਚੈਪਟਰ ਵਾਈਜ਼ ਹਰ ਇੱਕ ਚੈਪਟਰ ਨੂੰ ਕਵਰ ਕਰਾਂਗੇ ਸੋ ਪਹਿਲਾ ਚੈਪਟਰ ਜਿਹੜਾ ਇੱਥੇ ਆ ਰਿਹਾ ਉਹ ਆ ਰਿਹਾ ਹੈ ਸਮ ਗਲਿੰਮਸ ਆਫ ਐਂਸ਼ੀਅੰਟ ਇੰਡੀਅਨ ਥਾਟ ਐਂਡ ਪ੍ਰੈਕਟਿਸਸ ਤੇ ਇਸ ਚੈਪਟਰ ਦੇ ਵਿੱਚ ਆਪਾਂ سٹਾਰਟ ਕਰਨ ਜਾ ਰਹੇ ਹਾਂ ਉਹਨ ਇੱਥੇ ਠੀਕ ਹੈ ਜੀ ਸੋ ਪਹਿਲਾ ਕੁਐਸਚਨ ਹੈ ਨਾ ਵਟ ਕੌਜ਼ਡ ਡਿਸਪ੍ਰੇਸ਼ਨ ਟੂ ਦਾ ਗods ਗods ਦੇ ਵਿੱਚ ਹੋਪਲੈਸ ਭਾਵਨਾ ਕਿਉਂ ਜਾਗ ਰਹੀ ਸੀਗੀ ਦੇਵਤਿਆਂ ਦੇ ਵਿੱਚ ਹੋਪਲੈਸ ਭਾਵਨਾ ਕਿਉਂ ਜਾਗ ਰਹੀ ਸੀਗੀ ਕੋਇਆ ਕਿ ਸੀ ਇਨ ਦੇਰ ਵਾਸ ਅ ਫਾਈਟ ਬੀਟਵੀਨ ਦਾ ਡੈਮਨਸ ਐਂਡ ਦਾ ਗੌਡਸ ਦੇਵਤਿਆਂ ਦੇ ਵਿੱਚ ਤੇ ਰਾਖਸ਼ਾਂ ਦੇ ਵਿੱਚ ਇੱਕ ਲੜਾਈ ਹੋ ਗਈ ਸੀ ਦਾ ਡੈਮਨਸ ਸੀਮਡ ਟੂ ਹੈਵ ਐਨ ਅਪਰ ਹੈਂਡ ਤੇ ਜਿਹੜੇ ਰਾਖਸ਼ ਸੀਗੇ ਉਹ ਜਿੱਤਦੇ ਹੋਏ ਨਜ਼ਰ ਆ ਰਹੇ ਸੀਗੇ ਇਟ ਕੌਸਡ ਡੈਸਪੀਰੇਸ਼ਨ ਟੂ ਦਾ ਗੌਡਸ ਤੇ ਇਹਦੇ ਨਾਲ ਇੱਕ ਹੋਪਲੈਸ ਭਾਵਨਾ ਜਿਹੜੀ ਸੀਗੀ ਉਹ ਦੇਵਤਿਆਂ ਦੇ ਵਿੱਚ ਜਾਗ ਚੁੱਕੀ ਸੀ ਕੁਐਸਚਨ ਟੂ ਵਾਟ ਡਿਡ ਦਾ ਲਾਰਡ ਵਿਸ਼ਨੂ ਐਡਵਾਈਸ ਟੂ ਦਾ ਗੌਡਸ ਟੂ ਡੂ ਲਾਰਡ ਵਿਸ਼ਨੂ ਨੇ ਭਗਵਾਨ ਵਿਸ਼ਨੂ ਨੇ ਗods ਨੂੰ ਦੇਵਤਿਆਂ ਨੂੰ ਕੀ ਐਡਵਾਈਸ ਦਿੱਤੀ ਕੀ ਕਰਨ ਦੀ ਐਡਵਾਈਸ ਦਿੱਤੀ ਲਾਰਡ ਵਿਸ਼ਨੂ ਐਡਵਾਈਸ ਦਾ ਗods ਟੂ ਗੈਟ ਅ ਮਾਈਟੀ ਸਵਾਰਡ ਪ੍ਰਪੇਅਰਡ ਫਰਮ ਦਾ ਬੋਨਸ ਆਫ ਸਮ ਗ੍ਰੇਟ ਸੇਜ ਤੇ ਹੁਣ ਭਗਵਾਨ ਵਿਸ਼ਨੂ ਨੇ ਕੀ ਐਡਵਾਈਸ ਦਿੱਤੀ ਦੇਵਤਿਆਂ ਨੂੰ ਕਿ ਉਹ ਕੋਈ ਚਮਤਕਾਰੀ ਤਲਵਾਰ ਲੈ ਕੇ ਆ ਸਵਾਰਡ ਕੀ ਹੁੰਦਾ ਤਲਵਾਰ ਜਿਹੜੀ ਕੀ ਬੋਨਸ ਦੀ ਬਣੀ ਹੋਵੇ ਹੱਡੀਆਂ ਦੀ ਬਣੀ ਹੋਵੇ ਉਹ ਹੱਡੀਆਂ ਕਿਦੀਆਂ ਹੋਣ ਆਫ ਸਮ ਗ੍ਰੇਡ ਸੀ ਜਿਸ ਜਿਹੜੀ ਹੁੰਦਾ ਸਾਧੂ ਸੰਤ ਤੇ ਉਹ ਕਿ ਬਹੁਤ ਵੱਡੇ ਸੰਤ ਦੀਆਂ ਹੱਡੀਆਂ ਤੋਂ ਬਣੀ ਹੋਈ ਇੱਕ ਤਲਵਾਰ ਬਾਰੇ ਗੱਲ ਕਰ ਰਹੇ ਸੀ ਕਿ ਉਹ ਤਲਵਾਰ ਲੈ ਕੇ ਆਓ ਉਹ ਇੱਕ ਚਮਤਕਾਰੀ ਤਲਵਾਰ ਹੋਏਗੀ ਜ ਜਿਹਦੇ ਨਾਲ ਤੁਸੀਂ ਰਾਖਸ਼ਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹੋ ਵਟ ਵਾਸ ਦਾ ਸੈਕਰੀਫਾਈਸ ਆਫ ਸੰਤ ਦਧੀਚੀ ਜਿਹੜੇ ਸੰਤ ਦਧੀਚੀ ਨੇ ਆਪਾਂ ਇਹਨਾਂ ਨੂੰ ਰਿਸ਼ੀ ਦਧੀਚੀ ਕਹਿੰਦੇ ਆ ਉਹਨਾਂ ਦਾ ਕੀ ਸੈਕਰੀਫਾਈਸ ਸੀਗਾ ਉਹਨਾਂ ਨੇ ਕੀ ਸੈਕਰੀਫਾਈਸ ਕੀਤਾ ਸੀਗਾ ਹੀ ਲੇਡ ਡਾਊਨ ਹਿਸ ਲਾਈਫ ਸੋ ਥੈਟ ਹਿਸ ਬੋਨਸ ਕੁਡ ਬੀ ਮੇਡ ਇਨਟੂ ਐਨ ਇਨਵੰਸੀਬਲ ਵੈਪਨ ਫਾਰ ਦਾ ਗods ਹੁਣ ਜਿਵੇਂ ਭਗਵਾਨ ਵਿਸ਼ਨੂੰ ਨੇ ਕਿਹਾ ਸੀਗਾ ਕਿ ਦੇਵਤਿਆਂ ਨੂੰ ਇੱਕ ਤਲਵਾਰ ਚਾਹੀਦੀ ਏ ਜੋ ਕਿਸੇ ਸੰਤ ਮਾਤਮਾ ਦੇ ਹੱਡੀਆਂ ਤੋਂ ਬਣੀ ਹੋਵੇ ਤੇ ਇੱਥੇ ਹੁਣ ਜਿਹੜੇ ਦ੍ਰਿਤੀਚੀ ਰਿਸ਼ੀ ਸੀ ਉਹ ਐਗਰੀ ਹੋ ਗਏ ਕਿ ਹਾਂ ਵੀ ਮੈਂ ਹੁਣ ਆਪਣਾ ਜਿਹੜਾ ਹੈਗਾ ਜੀਵਨ ਦਾ ਤਿਆਗ ਕਰਦਾ ਵਾਂ ਮੈਂ ਆਪਣੀ ਲਾਈਫ ਨੂੰ ਤਿਆਗਦਾ ਵਾਂ ਤਾਂ ਕਿ ਮੇਰੀ ਜਿਹੜੀ ਹੱਡੀਆਂ ਨੇ ਮੇਰੇ ਜਿਹੜੇ ਬੋਨਸ ਨੇ ਉਹਨਾਂ ਤੋਂ ਦੇ ਆਪਣੇ ਜਿਹੜੇ ਨੇ ਉਹ ਆਪਣੇ ਵਾਸਤੇ ਤਲਵਾਰ ਜਾਂ ਵੈਪਨ ਜਿਹੜਾ ਹੈਗਾ ਕੋਈ ਵੀ ਬਣਾ ਸਕਣ 왓 ਇਜ਼ ਦਾ ਰੀਅਲ ਸਪਿਰਿਟ ਬਿਹਾਈਂਡ ਦਾ ਯਾਜਨਾਸ ਪਰਫਾਰਮਡ ਇਨ आवर ਹੋਮਸ ਜਿਹੜੇ ਵੀ ਸਾਡੇ ਘਰ ਯੱਗੇ ਵਗੈਰਾ ਹੁੰਦੇ ਆ ਜਾਂ ਕੁਝ ਵੀ ਪਰਫਾਰਮ ਹੁੰਦਾ ਸਾਡੇ ਘਰਾਂ ਵਿੱਚ ਉਹਨਾਂ ਦੇ ਪਿੱਛੇ ਅਸਲੀ ਮਕਸਦ ਕੀ ਹੁੰਦਾ ਇਟ ਇਜ਼ ਦਾ ਸਪਿਰਿਟ ਆਫ ਚੈਰਿਟੀ ਰੈਨਿਊਕੇਸ਼ਨ ਸੈਕਰੀਫਾਈਸ ਐਂਡ ਡੀਟੈਚਮੈਂਟ ਇਹਦੇ ਵਿੱਚ ਕੀ ਹੁੰਦਾ ਕਿ ਚੈਰਿਟੀ ਦਾਨ ਦਖੀਨਾ ਆਪਾਂ ਦਿੰਨੇ ਆ ਕੁਝ ਵੀ ਆਪਾਂ ਕਰਦੇ ਆ ਘਰ ਵਿੱਚ ਫਿਰ ਸ਼ੁੱਧੀਕਰਨ ਕਰਦੇ ਆ ਮੀਨ ਸਾਨੂੰ ਇੱਕ ਮਨ ਦੇ ਵਿੱਚ ਦਿਮਾਗ ਦੇ ਵਿੱਚ ਸਾਡੇ ਸ਼ੁੱਧੀ ਹੋ ਜਾਂਦੀ ਇੱਕ ਤਰੀਕੇ ਨਾਲ ਸਾਨੂੰ ਲੱਗਦਾ ਕਿ ਹੁਣ ਸਾਡਾ ਜਿਹੜਾ ਘਰ ਹੈ ਉਹ ਸਾਫ ਸੁਥਰਾ ਹੋ ਗਿਆ ਹੈ ਹੈਨਾ ਸੈਕਰੀਫਾਈਜ਼ਿੰਗ ਆਪਾਂ ਨੂੰ ਪਤਾ ਲੱਗਦਾ ਕਿ ਹਾਂ ਵੀ ਅਗਰ ਆਪਾਂ ਕੁਝ ਕਮਾਇਆ ਤਾਂ ਉੱਚ ਆਪਾਂ ਸੈਕਰੀਫਾਈਜ਼ ਕਰਕੇ ਕਿ ਇਹ ਹੋਰ ਵਾਸਤੇ ਵੀ ਹੈ ਆਪਾਂ ਕੁਝ ਦੇਣਾ ਹੈਗਾ ਆਪਾਂ ਆਪਣੇ ਧਰਮ ਵਾਸਤੇ ਵੀ ਦੇਣਾ ਹੈਗਾ ਜਾਂ ਕੁਝ ਕਰਨਾ ਹੈਗਾ सैक्रीफाइसिंग मिलती डिटैचमेंट जी हैगी है कि भैया जी दुनिया हैगी है आ सारी जी है नकली है तो जोड़ा सा रेल प्रस्पैक्टिव है जो सा रेल मंतव है वह कि है कि इस दुनिया में निकल के तो रब पहुँचना तो उस चीज़ा तो डिटैचमेंट जी आजनास वगैरह जोड़े ने करते हैं अगे है वट डज़ द ट्रडिशन ऑफ फील फीडिंग बर्ड्स एंड एनिमल्स प्रूव अस ਆਮ ਤੌਰ ਦੇ ਉੱਪਰ ਜਿਹੜੇ ਹਿੰਦੂ ਕਮਿਊਨਿਟੀ ਨੂੰ ਮੇਨਲੀ ਬਿਲੋਂਗ ਕਰਦੇ ਹੋਣਗੇ ਉਹਨਾਂ ਨੇ ਵੇਖਿਆ ਹੋਵੇਗਾ ਕਿ ਜਦੋਂ ਆਪਾਂ ਘਰ ਵਿੱਚ ਕੋਈ ਵੀ ਹਵਨ ਵਗੈਰਾ ਜਾਂ ਯੱਗੇ ਵਗੈਰਾ ਕਰਵਾਨੇ ਆਏ ਕੁਝ ਵੀ ਕਰਵਾਨੇ ਆ ਤੇ ਉਹਦੇ 'ਚ ਕੀ ਕਰਦੇ ਦੇ ਕੇ ਲੰਗਰ ਬੰਦਾ ਹੈ ਤੇ ਭਾਈ ਇਹਦੇ 'ਚ ਜੀ ਪਹਿਲੀ ਰੋਟੀ ਗਾਂ ਦੀ ਕੱਢ ਦਿੰਨੇ ਆ ਦੂਜੀ ਕਾਂ ਦੀ ਹੈਨਾ ਇਦਾਂ ਕਰਕੇ ਹੁੰਦਾ ਤੇ ਉਹਦਾ ਰੀਅਲ ਮੋਟਿਵ ਕੀ ਹੁੰਦਾ ਪੁਰਾਣੇ ਟਾਈਮ ਦੇ ਉੱਪਰ ਵੀ ਕਹਿੰਦੇ ਸੀ ਕਿ ਪਹਿਲੀ ਰੋਟੀ ਜਿਹੜੀ ਉਹ ਘਰ ਵਿੱਚ ਜਦੋਂ ਵੀ ਬਣੇਗੀ ਉਹ ਗਾਂ ਦੀ ਬਣੇਗੀ ਅਜੇ ਵੀ ਕਾਫੀ ਘਰਾਂ ਵਿੱਚ ਇਦਾਂ ਹੁੰਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਜਿਹਾ ਟ੍ਰੈਡੀਸ਼ਨ ਹੈ ਬਰ ਐਨੀਮਲਸ ਨੂੰ ਖਵਾਨ 'ਤੇ ਲਾਉਂਦਾ ਆ ਕੀ ਚੀਜ਼ ਪ੍ਰੂਵ ਕਰਦਾ ਹੈ ਇਟ ਪ੍ਰੂਵਸ ਦੈਟ ਦ ਪੀਪਲ ਆਫ आवर ਕੰਟਰੀ ਬਲੀਵ ਇਨ ਦ ਯੂਨਿਟੀ ਐਂਡ ਸੈਂਕਟੀਟੀ ਆਫ ਆਲ ਲਾਈਫ ਤੇ ਇਥੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਸਾਡੀ ਕੰਟਰੀ ਦੇ ਜਿਹੜੇ ਲੋਗ ਨੇ ਉਹ ਆ ਮੰਨਦੇ ਨੇ ਕਿ ਜਿਹੜੀ ਸਾਡੇ ਕੋਈ ਵੀ ਲਾਈਫ ਹੋਵੇ ਕੋਈ ਵੀ ਜੀਵ ਜੰਤੂ ਹੋਵੇ ਉਹ ਸਾਰੇ ਯੂਨਿਟੀ ਦੇ ਨਾਲ ਰਹਿਣ ਯੂਨਿਟੀ ਵਿੱਚ ਉਹ ਬਲੀਵ ਕਰਦੇ ਨੇ ਕਿ ਅਗਰ ਆਪਾਂ ਖਾਣੇ ਆ ਤੇ ਉਹ ਵੀ ਖਾਣ Why did why did some scholars laugh at Ashtavarka kuch jehde scholars ne kuch pade likhe log jehde ne Ashtavarka de upar kyon haste ne te answer Ashtavarka had deformed body he looked ugly therefore some scholars laughed at him hun Ashtavarka ne kitna hi apni jehdi body si ohnu change kar liya sega ohnu means puri tarike naal apne according taal liya sega te jehdi vajan naal oh bahut hi ganda ugly dikhda sega te is karke kuch jehde scholars sege ohde upar hasna shuru kar ditta ਹਾਊ ਡਿਡ ਅਸ਼ਟਵਰਕਰ ਰਿਐਕਟ ਵੈਨ ਸਮ ਸਕਾਲਰਸ ਲਾਫਡ ਇਟ ਹਿਮ ਜਿਹੜੇ ਸਕਾਲਰ ਸੀਗੇ ਉਹਨਾਂ ਨੇ ਜਦੋਂ ਅਸ਼ਟਵਰਕਰ ਦੇ ਉੱਪਰ ਹੱਸਣਾ ਚਾਲੂ ਕਰ ਦਿੱਤਾ ਤਾਂ ਅਸ਼ਟਵਰਕਰ ਨੇ ਉਹਦਾ ਰਿਐਕਸ਼ਨ ਕੀ ਦਿੱਤਾ ਅਸ਼ਟਵਰਕਰ ਬੀਕੇਮ ਵੈਰੀ ਐਂਗਰੀ ਹੁਣ ਜਿਹੜਾ ਅਸ਼ਟਵਰਕਰ ਸੀ ਉਹ ਬਹੁਤ ਹੀ ਗੁੱਸੇ ਵਿੱਚ ਆ ਗਿਆ ਹੀ ਕਾਲਡ ਥੈਮ ਸਕਿਨਰਸ ਬਿਕਾਜ਼ ਦੇ ਮਾਇਰਡ ਦਾ ਵਰਥ ਆਫ ਅ ਪਰਸਨ ਫਰਮ ਦਿਸ ਹਿਸ ਸਕਿਨ ਤੇ ਉਸਨੇ ਉਹਨਾਂ ਨੂੰ ਸਕਿਨਰਸ ਕਹਿਣਾ ਸਟਾਰਟ ਕਰ ਦਿੱਤਾ ਕਿ ਤੁਸੀਂ ਜਿਹੜੇ ਹੈਗੇ ਹੋ ਕਿਸੇ ਵੀ ਬੰਦੇ ਨੂੰ ਉਹਦੀ ਸਕਿਨ ਦੇ ਉੱਪਰੋਂ ਜਿਹੜਾ ਉਹ ਨਾਪਦੇ ਹੋ ਕਿ ਆ ਬੰਦਾ ਕਿਦਾਂ ਦਾ ਹੈ ਉਹਦੀ ਸਕਿਨ ਤੋਂ ਆਪਾਂ ਨਾਪਦੇ ਆ ਕਾਫੀ ਆਪਸ ਸੁਣਨੇ ਕਿ ਕਾਲੇ ਗੋਰੇ ਦਾ ਜਿਹੜਾ ਭੇਦ ਉਹ ਨਹੀਂ ਕਰਨਾ ਹੈਗਾ ਤੇ ਉਹੀ ਚੀਜ਼ ਇੱਥੇ ਅ ਅਸ਼ਟ ਵਰਕਰਾਂ ਨੇ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਬੰਦੇ ਨੂੰ ਅਸੀਂ ਉਸ ਦੇ ਬੋਡੀ ਦੇ ਉੱਪਰ ਹੋਰੀ ਸਕਿਨ ਦੇ ਉੱਪਰੋਂ ਨਾ ਜੱਜ ਕਰੀਏ। ਕੁਐਸਚਨ ਨੰਬਰ 8 ਵਾਟ ਡਿਡ ਵਿਵੇਕਾਨੰਦ ਸੇ ਟੂ ਦ ਲੇਡੀ ਹੂ ਲਾਫਟ ਐਟ ਹਿਸ ਸਿੰਪਲ ਡਰੈਸ ਇੱਕ ਜਨਾਨੀ ਅ ਸਵਾਮੀ ਵਿਵੇਕਾਨੰਦ ਦੀ ਸਿੰਪਲ ਜੀ ਡਰੈਸ ਦੇ ਉੱਪਰ ਜਿਹੜੀ ਹੱਸੀ ਸੀਗੀ ਉਹਨੂੰ ਵਿਵੇਕਾਨੰਦਾਂ ਨੇ ਕੀ ਕਿਹਾ? he said that it was the tailor who made a man in the lady's country te ohnan ne ki kiah ke jehdi country to lady aayi hai na us country de vich bande nu rabb ne nahi balki tailor ne banaya hoya but in his own country it was a real worth and character of a person that mattered kanna par jehdi meri country hai jehda mera desh hai na ode vich kise bande de jehda real character hai onu judge kita janda na ki ode kapde ton judge kita janda what was the status of women in ancient india ਪ੍ਰਾਣੇ ਟਾਈਮਸ ਦੇ ਵਿੱਚ ਵੂਮਨ ਦਾ ਕੀ ਸਟੇਟਸ ਹੁੰਦਾ ਸੀਗਾ ਇੰਡੀਆ ਦੇ ਵਿੱਚ ਇਨ ਐਂਸ਼ੀਐਂਟ ਇੰਡੀਆ ਵੂਮਨ ਇੰਜੋਏਡ ਅ ਹਾਈ ਸਟੇਟਸ ਪ੍ਰਾਣੇ ਟਾਈਮਸ ਦੇ ਵਿੱਚ ਜਿਹੜੀ ਵੂਮਨ ਸੀਗੀ ਉਹਨੂੰ ਕਾਫੀ ਵਧੀਆ ਹਾਈ ਸਟੇਟਸ ਜਿਹੜਾ ਸੀਗਾ ਉਹ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਨੋ ਓਸਪੀਸ਼ੀਅਸ ਫੰਕਸ਼ਨ ਵਾਸ ਕਨਸੀਡਰਡ ਕੰਪਲੀਟ ਵਿਦਾਊਟ ਹਰ ਪਾਰਟਿਸਪੇਸ਼ਨ ਤੇ ਕੋਈ ਵੀ ਫੰਕਸ਼ਨ ਕੋਈ ਵੀ ਕਰਨਾ ਹੁੰਦਾ ਸੀ ਰਿਲੀਜੀਅਸ ਕੰਮ ਤੇ ਉਹ ਬਿਨਾ ਵੂਮਨ ਦੀ ਪਾਰਟਿਸਪੇਸ਼ਨ ਦੇ ਕੰਪਲੀਟ ਨਹੀਂ ਸੀ ਮੰਨਿਆ ਜਾਂਦਾ ਆਪਾਂ ਨੇ ਲੋਕਡਾਊਨ ਦੇ ਵਿੱਚ ਰਮਾਇਣ ਦੇਖੀ ਸੀਗੀ ਤੇ ਰਮਾਇਣ ਦੇ ਵਿੱਚ ਇੱਕ ਸੀਨ ਯਾਦ ਕਰੋ ਜਦੋਂ ਉਹਨਾਂ ਨੇ ਯੱਗਿਆ ਕਰਨਾ ਸੀਗਾ ਤੇ ਯੱਗਿਆ ਦੇ ਵਿੱਚ ਸੀਤਾ ਮਾਤਾ ਜਿਹੜੇ ਸੀ ਉਹ ਤੇ ਹੈਗੇ ਨਹੀਂ ਸੀਗੇ ਉਹਨਾਂ ਨੂੰ ਤੇ रामचंद्र ਜੀ ਨੇ ਪੇ ਦਿੱਤਾ ਹੋਇਆ ਸੀਗਾ ਤੇ ਹੁਣ ਜਿਹੜੇ ਸੀਤਾ ਮਾਤਾ ਜੀ ਨਹੀਂ ਸੀ ਹੈਗੇ ਤੇ ਫਿਰ ਪੰਡਿਤ ਨੇ ਉਹਨਾਂ ਦੇ ਜਿਹੜੇ ਗੁਰੂ ਜੀ ਸੀਗੇ ਉਹਨਾਂ ਨੇ ਕੀ ਕਿਹਾ ਸੀਗਾ ਕਿ ਧਰਮ ਪਤਨੀ ਦਾ ਹੋਣਾ ਜਿਹੜਾ ਉਹ ਜ਼ਰੂਰੀ ਹੈਗਾ ਕਿਸੇ ਵੀ ਲੇਡੀ ਦਾ ਨਾਲ ਹੋਣਾ ਜ਼ਰੂਰੀ ਤਾਂ ਕਰਕੇ ਤੁਸੀਂ ਵਿਆਹ ਕਰ ਲਓ ਤੇ ਉਸ ਕੰਡੀਸ਼ਨ ਦੇ ਵਿੱਚ ਆਪਾਂ ਵੇਖਦੇ ਆ ਕਿ ਫਿਰ ਆਮਚੰਦਰ ਜੀ ਨੇ ਸੀਤਾ ਮਾਤਾ ਦੀ ਮੂਰਤੀ ਬਣਵਾਈ ਸੀਗੀ ਤੇ ਫਿਰ ਉਹ ਮੂਰਤੀ ਜਿਹੜੀ ਹੈ ਉਹ ਯੱਗੇ ਦੇ ਵਿੱਚ ਉਹਨਾਂ ਦੇ ਨਾਲ ਬੈਠੀ ਮੀਨਸ ਸਾਨੂੰ ਪ੍ਰਾਣੇ ਟਾਈਮ ਤੋਂ ਪਤਾ ਲੱਗਦਾ ਕਿ ਐਂਸ਼ੀਅੰਟ ਇੰਡੀਆ ਦੇ ਵਿੱਚ ਊਮਨ ਦਾ ਸਟੇਟਸ ਕਿੰਨਾ ਹਾਈ ਸੀਗਾ ਕਿ ਬਿਨਾ ਉਹਨਾਂ ਦੇ ਕਿਸੇ ਵੀ ਪੂਜਾ ਨੂੰ ਕਿਸੇ ਵੀ ਫੰਕਸ਼ਨ ਨੂੰ ਇਨਕੰਪਲੀਟ ਮੰਨਿਆ ਜਾਂਦਾ ਸੀਗਾ ਵਾਈ ਡਿਡ ਸ਼ਿਵਾਜੀ ਬੋ ਹਿਸ ਹੈਡ ਬਿਫੋਰ ਦਾ ਊਮਨ ਹੂ ਵਾਸ ਬਰਾਟ ਟੂ ਹਿਮ ਐਸ ਅ ਗਿਫਟ ਤੇ ਇੱਕ ਊਮਨ ਜਿਹੜੀ ਸੀ ਕਿ ਉਹਨਾਂ ਕੋਲ ਇੱਕ ਗਿਫਟ ਵਾਂਗੂ ਲਿਆਈ ਗਈ ਸੀ ਕਿਤੇ ਉਹ ਉਦੋਂ ਤਾਂ ਸ਼ਿਵਾਜੀ ਦਾ ਕੀ ਰਿਐਕਸ਼ਨ ਸੀਗਾ ਸ਼ਿਵਾਜੀ ਦਾ ਰਿਐਕਸ਼ਨ ਸੀਗਾ ਉਹਨਾਂ ਕਿ ਆਪਣਾ ਉਹਨਾਂ ਨੇ ਹੈਡ ਬੋ ਕਰ ਲਿਆ ਸੀਗਾ ਤੇ ਉਹ ਹੁਣ ਕੁਐਸਚਨ ਵਿੱਚ ਪੁੱਛਦੇ ਕਿ ਸ਼ਿਵਾਜੀ ਨੇ ਆਪਣਾ ਜਿਹੜਾ ਸੇਡ ਸੀਗਾ ਉਹ ਊਮਨ ਦੇ ਕਿਉਂ ਚੁਕਾਇਆ ਸੀਗਾ ਸ਼ਿਵਾਜੀ ਹੈਡ ਅ ਗ੍ਰੇਟ ਰਿਗਾਰਡ ਫਾਰ ਊਮਨ ਜਿਹੜੇ ਸ਼ਿਵਾਜੀ ਸੀਗੇ ਉਹ ਊਮਨ ਦਾ ਬਹੁਤ ਸਤਕਾਰ ਕਰਦੇ ਸੀਗੇ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਸੀਗੇ ਹੀ ਲੁੱਕਡ ਅਪਨ ਥੈਮ ਐਸ ਮਦਰਸ ਤੇ ਉਹ ਉਹਨਾਂ ਨੂੰ ਇਦਾਂ ਦੇਖਦੇ ਸੀਗੇ ਜਿਵੇਂ ਕਿ ਉਹਨਾਂ ਦੀ ਉਹ ਮਾਵਾਂ ਹੋਣ that was why he called that woman mother and bowed his head before her te age karke unna ne us woman nu apni mother kya te unna samne apna sir jhuka ditta why according to you were the wars fought in mahabharat and ramayan second te so, tade according jehdi mahabharat ramayan di jehdi ladaiyan si kiyan unna nu apa pavitar ladaiyan kyon gindde aan these wars were fought to defend and uphold the honor of motherhood that was they were considered sacred te hun aa jadi hai giyan si giyan ladaiyan wagaira a motherhood maa di jadi bhavna si giyan ek means ਜਨਾਨੀਆਂ ਵਾਸਤੇ ਲੜੀ ਗਈ ਸੀ ਹੁਣ ਮਹਾਭਾਰਤ ਦੀ ਜਿਹੜੀ ਲੜਾਈ ਸੀ ਦ੍ਰੋਪਦੀ ਵਾਸਤੇ ਲੜੀ ਗਈ ਸੀ ਕਿਉਂਕਿ ਦ੍ਰੋਪਦੀ ਦਾ ਚੀਰ ਹਰਨ ਹੋਇਆ ਸੀਗਾ ਮਹਾਭਾਰਤ ਦੇ ਵਿੱਚ ਤੇ ਰਮਾਇਣ ਦੇ ਵਿੱਚ ਸੀਤਾ ਮਾਤਾ ਨੂੰ ਰਾਵਣ ਜਿਹੜਾ ਸੀਗਾ ਉਹ ਹਰਨ ਕਰਕੇ ਲੈ ਗਿਆ ਸੀਗਾ ਇਸ ਕਰਕੇ ਰਮਾਇਣ ਦੀ ਜਿਹੜੀ ਲੜਾਈ ਸੀ ਉਹ ਹੋਈ ਸੀ ਇਸ ਕਰਕੇ ਇਹਨਾਂ ਸਾਰੀਆਂ ਲੜਾਈਆਂ ਨੂੰ ਆਪਾਂ ਪਵਿੱਤਰ ਮੰਨਦੇ ਆ ਸੈਕਰਡ ਮੰਨਦੇ ਆ what does lord rama's meeting with bhil women and eating the tested berry uh, show hun uh, ram bhagwan ne ki kita sika jehdi bhil ni si ke ode jhuthe ber khade sege aa cheez sanu ki show kardi hai ਅਨਸਰ ਕੀ ਹੈ ਇਟ ਸ਼ੋਸ ਦੈਟ ਇਨ ਅਨਸ਼ੀਅੰ ਇੰਡੀਆ देयर ਵਾਸ ਨੈਵਰ ਐਨੀ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ ਕ੍ਰੀਡ ਔਰ professions ਹੁਣ ਆ ਚੀਜ਼ਾਂ ਸਾਨੂੰ ਕੀ ਸ਼ੋ ਕਰਦੀਆਂ ਨੇ ਕਿ ਜਿਹੜਾ ਸਾਡਾ ਪੁਰਾਣਾ ਇੰਡੀਆ ਸੀਗਾ ਇਨਸ਼ੀਅੰ ਇੰਡੀਆ ਸੀਗਾ ਉਹਦੇ ਵਿੱਚ ਕਿਸੇ ਵੀ ਚੀਜ਼ ਦੇ ਉੱਪਰ ਡਿਸਕ੍ਰਿਮੀਨੇਸ਼ਨ ਭੇਦਭਾਵ ਨਹੀਂ ਸੀ ਹੁੰਦਾ ਹੈਗਾ ਨਾ ਹੀ ਉਹ ਕਾਸਟ ਦੇ ਬੇਸ ਦੇ ਉੱਤੇ ਹੁੰਦਾ ਸੀਗਾ ਨਾ ਹੀ ਕਿਸੇ ਦੇ profession ਦੇ ਬੇਸ ਦੇ ਉੱਤੇ ਹੁੰਦਾ ਸੀਗਾ ਤੇ ਨਾ ਹੀ ਕਿਸੇ ਦੇ ਰੰਗ ਰੂਪ ਦੇ ਉੱਪਰ ਹੁੰਦਾ ਸੀਗਾ हम आ चैप्टर हो गया ख़त्म हूँ अगले चैप्टर के उपर मूव कर दें चैप्टर सिक्स द होम कमिंग तो होमकमिंग होमकमिंग क्वेश्चन नंबर वन हैगा हु फतिक फतिक कौन सर फतिक वॉज अ फोर्टीन ईयर ओल्ड बॉय ही वॉज रिंग लीडर एवंग द बॉयज ऑफ हिस विलेज हिस् फर्टाइल माइंड ऑलवेज थॉट ऑफ न्यू मिसचेज तो हूँ जो फोटीन साल का मुंडा कौन सिका एक रिंग लीडर ਮੀਨਸ ਰਿੰਗ ਲੀਡਰ ਜਿਵੇਂ ਜਾਨਵਰਾਂ ਨੂੰ ਸਰਕਲ ਦੇ ਵਿੱਚ ਨਚਾਉਂਦਾ ਓਦਾਂ ਹੀ ਉਹ ਬਾਕੀ ਮੁੰਡੇ ਜਿਹੜੇ ਹੈਗੇ ਸੀਗੇ ਪਿੰਡ ਦੇ ਉਹਨਾਂ ਨੂੰ ਨਚਾਉਂਦਾ ਸੀਗਾ ਮੀਨਸ ਕਿ ਉਹਨਾਂ ਨੂੰ ਆਪਣੀ ਉਂਗਲੀਆਂ ਦੇ ਉੱਤੇ ਨਚਾਉਂਦਾ ਸੀਗਾ ਤੇ ਉਹਨਾਂ ਨੂੰ ਅਪਨ ਅਕੋਰਡਿੰਗ ਕੰਮ ਕਰਾਉਂਦਾ ਸੀਗਾ ਹਿਸ ਫਰਟਾਈਲ ਮਾਈਂਡ ਆਲਵੇਸ ਥਾਟ ਆਫ ਨਿਊ ਮਿਸਚੀਵ ਉਹਦਾ ਜਿਹੜਾ ਬਹੁਤ ਦਿਮਾਗ ਜੋਰਦਾ ਚੱਲਦਾ ਦਿਮਾਗ ਸੀਗਾ ਉਹ ਕੁਝ ਨਹੀਂ ਤੇ ਕੁਝ ਅਟਪਟਾ ਸੋਚਦਾ ਹੀ ਰਹਿੰਦਾ ਸੀਗਾ ਵਾਟ ਵਾਸ ਦਾ ਨਿਊ ਮਿਸਚੀਵ ਫਰ ਥੀ ਥਾਟ ਆਫ ਅ ਹੁਣ ਅਗਲੀ ਸ਼ਰਤ ਫਤਿਕ ਨੇ ਕੀ ਸੋਚੀ देयर ਵਾਸ ਅ ਲੌਂਗ ਲੌਗ ਲਾਈਂਗ ਔਨ ਦਾ ਬੈਂਕ ਔਫ ਦਾ ਰਿਵਰ ਔਨ ਦਾ ਰਿਵਰ ਦੇ ਸਾਈਡ ਦੇ ਉੱਤੇ ਰਿਵਰ ਦੇ ਕਿਨਾਰੇ ਦੇ ਉੱਤੇ ਇੱਕ ਲੱਕੜ ਜਿਹੜੀ ਸੀਗੀ ਉਹ ਪਈ ਹੋਈ ਸੀਗੀ ਲੱਕੜ ਦਾ ਲੌਗ ਪਿਆ ਹੋਇਆ ਸੀਗਾ ਹੀ ਪਲਾਨਡ ਟੂ ਰੋਲ ਦਾ ਲੌਗ ਅਵੇ ਵਿਦ ਦਾ ਹੈਲਪ ਔਫ ਅਦਰ ਬੁਆਇਸ ਔਨੇ ਕੀ ਸੋਚਿਆ ਕਿ ਹੁਣ ਜਿਹੜਾ ਲੱਕੜ ਦਾ ਲੌਗ ਪਿਆ ਹੋਇਆ ਇਹਨੂੰ ਮੈਂ ਬਾਕੀ ਮੁੰਡਿਆਂ ਦੀ ਹੈਲਪ ਦੇ ਨਾਲ ਇਹਨੂੰ ਰੋਲ ਕਰਾਂ ਇਹਨੂੰ ਮੀਨਸ ਹੋਰ ਕਿਤੇ ਅੱਗੇ ਨੂੰ ਲੈ ਕੇ ਜਾਵਾ ਇਹਨੂੰ ਖਿੱਚ ਖਿੱਚ ਕੇ ਇਨ ਥਿਸ ਵੇ ਹੀ ਵਾਂਟਡ ਟੂ ਐਨੋਏ ਦਾ ਓਨਰ ਐਂਡ ਇੰਜੋਏ ਦਾ ਫੰਡ ਤੇ ਇਸ ਤਰ੍ਹਾਂ ਉਹ ਇਸ ਲੋਗ ਦੇ ਓਨਰ ਨੂੰ ਤੰਗ ਕਰਨਾ ਚਾਹੁੰਦਾ ਸੀਗਾ ਤੇ ਉਹਨੂੰ ਤੰਗ ਕਰਕੇ ਉਹਦਾ ਮਜ਼ਾਕ ਉਡਾ ਕੇ ਇੰਜੋਏ ਕਰਨਾ ਚਾਹੁੰਦਾ ਸੀਗਾ ਵਾਈ ਵਾਸ ਫਾਤਿਕ ਐਂਡ ਹਿਸ ਫਰੈਂਡ ਐਨੋਇਡ ਵਿਦ ਮੱਖਣ ਤੇ ਹੁਣ ਉਹ ਫਾਤਿਕ ਤੇ ਉਹਦੇ ਜਿਹੜੇ ਦੋਸਤ ਸੀਗੇ ਉਹ ਮੱਖਣ ਤੋਂ ਤੰਗ ਕਿਉਂ ਆ ਗਏ ਸੀਗੇ ਫਤਿਕ ਐਂਡ ਦਾ ਅਦਰਵਾਇਜ਼ ਵਾਂਟਿਡ ਟੂ ਰੋਲ ਦਾ ਲੌਗ ਅਵੇ ਹੁਣ ਜਿਹੜੇ ਫਤਿਕ ਤੇ ਦੂਸਰੇ ਮੁੰਡੇ ਸੀਗੇ ਉਹ ਲੌਗ ਨੂੰ ਰੋਲ ਕਰਕੇ ਤੇ ਦੂਰ ਲੈ ਕੇ ਜਾਣਾ ਚਾਹੁੰਦੇ ਸੀਗੇ ਬਟ ਮੱਖਣ ਕੇਮ ਐਂਡ ਚੈੱਕ ਡਾਊਨ ਔਨ ਦਾ ਲੌਗ ਤੇ ਮੱਖਣ ਆ ਗਿਆ ਤੇ ਉਹ ਲੌਗ ਦੇ ਉੱਪਰ ਬੈਠ ਗਿਆ ਥਿਸ ਐਨੋਇਡ ਫਤਿਕ ਐਂਡ ਹਿਸ ਫਰੈਂਡਸ ਤੇ ਇਸ ਚੀਜ਼ ਨੇ ਫਤਿਕ ਤੇ ਉਸਦੇ ਦੋਸਤਾਂ ਨੂੰ ਤੰਗ ਕਰ ਦਿੱਤਾ ਸੀਗਾ ਵਾਟ ਵਾਸ ਫਤਿਕਸ ਨਿਊ ਮੈਨੂਕਰੇਵ ਤੇ ਹੁਣ ਫਤਿਕ ਦਾ ਜਿਹੜਾ ਸੀਗਾ ਨਵਾਂ ਮੈਨੂਕਰੇਵ ਮਤਲਬ ਉਹਦੇ ਦਿਮਾਗ ਵਿੱਚ ਨਵਾਂ ਕੀ ਆਇਆ ਸੀਗਾ ਫਤਿਕ ਆਸਕ ਹਿਸ ਫਾਲੋਅਰਸ ਟੂ ਰੋਲ ਦਿਸ ਲੋਗ ਵਿਦ ਮੱਖਣ ਸਿਟਿੰਗ ਓਵਰ ਇਟ ਤੇ ਹੁਣ ਫਤਿਕ ਨੇ ਕੀ ਕਿਹਾ ਆਪਣੇ ਦੋਸਤਾਂ ਨੂੰ ਜਿਹੜੇ ਉਹਦੇ ਚੇਲੇ ਬਣੇ ਹੋਏ ਸੀਗੇ ਕਿ ਮੱਖਣ ਬੈਠਾ ਹੋਇਆ ਲੋਗ ਦੇ ਉੱਪਰ ਬੈਠਾ ਰਹਿੰਦਾ ਤੁਸੀਂ ਮੱਖਣ ਬੈਠੇ ਬੈਠੇ ਦੇ ਹੀ ਜਿਹੜਾ ਲੋਗ ਹੈ ਉਹਨੂੰ ਰੋਲ ਕਰਕੇ ਤੇ ਦੂਰ ਪਜਾ ਦੋ ਇਥੋਂ ਦਿਸ ਹੀ ਥੋਟ ਵੁੱਡ ਗਿਵ ਥੈਮ ਐਡਡ ਅਮਿਊਜ਼ਮੈਂਟ ਉਹਨੇ ਕੀ ਸੋਚਿਆ ਕਿ ਇਹਦੇ ਨਾਲ ਉਹਨਾਂ ਨੂੰ ਹੋਰ ਮਜ਼ਾ ਆਵੇਗਾ why did fatik beat makkhan even in presence of his mother fatik ne odi mother di presence vich hunde hoye vi makkhan nu kyon marya ਮੱਖਣ lied to his mother that Fatik had beaten him ਮੱਖਣ ਨੇ ਝੂਠ ਬੋਲਿਆ ਸੀਗਾ ਕਿ ਫਤਿਹ ਨੇ ਉਸਨੂੰ ਕੁੱਟਿਆ Fatik could not bear this ਫਤਿਹ ਕਿਸਨ ਸਹਨਾ ਪਾਇਆ Therefore he beat Makhan ਤੇ ਇਸ ਕਰਕੇ ਉਹਨੇ ਮੱਖਣ ਨੂੰ ਉਹਦੀ ਮੰਮੀ ਦੇ ਸਾਹਮਣੇ ਹੀ ਕੁੱਟ ਦਿੱਤਾ Why did Fatik's mother want to send him away to her brother's house ਤੇ ਫਤਿਹ ਦੀ ਮੰਮੀ ਨੇ ਕਿਉਂ ਸੋਚਿਆ ਕਿ ਮੈਂ ਫਤਿਹ ਨੂੰ ਦੂਰ ਕਿਤੇ ਉਹਦੇ ਬ੍ਰਦਰ ਕੋਲ ਭੇਜ ਦਵਾਂ Answer ਦਾ ਮਦਰ ਹੈਡ ਪ੍ਰੇਜੂਡਸ ਅਗੇਂਸਟ ਫਤਿਕ ਜਿਹੜੀ ਹੁਣ ਉਹਦੀ ਮਦਰ ਸੀਗੀ ਫਤਿਕ ਤੋਂ ਤੰਗਾ ਚੁੱਕੀ ਸੀਗੀ ਸ਼ੀ ਥੌਟ ਹੀ ਊਡ ਸਮ ਡੇ ਡਰੋਨ ਮੱਖਣ ਇਨ ਦਾ ਰਿਵਰ ਔਰ ਬ੍ਰੇਕ ਹਿਸ ਹੈਡ ਇਨ ਦਾ ਫਾਈਟ ਤੇ ਉਹਨੇ ਹੀ ਸੋਚਿਆ ਸੀਗਾ ਕਿ ਉਹ ਇੱਕ ਸੌਰੀ ਫਤਿਕ ਦੀ ਜਿਹੜੀ ਮਦਰ ਸੀਗੀ ਉਹ ਉਸ ਤੋਂ ਡਰ ਗਈ ਸੀਗੀ ਕਿ ਉਹ ਕੁਝ ਪੁੱਠਾ ਸਿੱਧਾ ਨਾ ਕਰ ਬੈਠੇ ਇੰਡਰਸੈਂਸ ਕਿ ਉਹ ਮੱਖਣ ਨੂੰ ਰਿਵਰ ਦੇ ਵਿੱਚ ਸੁੱਟ ਕੇ ਧੱਕਾ ਮਾਰ ਕੇ ਉਹਨੂੰ ਡਬੋਉਣਾ ਦਵੇ ਜਾਂ ਉਹਦਾ ਸੇਲ ਸੂਰਨਾ ਫਾੜ ਦੇ ਕਿਤੇ ਲੜਲੁੜ ਕੇ ਉਹਦੇ ਨਾਲ ਦੇਰਫੋਰ ਸ਼ੀ ਵਾਂਟਿਡ ਟੂ ਸੈਂਡ ਹਿਮ ਅਵੇ ਤੇ ਆਂ ਕਰਕੇ ਉਹ ਫਤਿਹ ਨੂੰ ਕਿਤੇ ਦੂਰ ਹੀ ਭੇਜ ਦੇਣਾ ਚਾਹੁੰਦੀ ਸੀਗੀ ਹਾਊ ਵਾਸ ਫਤਿਹ ਰੀਸੀਵਡ ਬਾਈ ਹਿਸ ਆਂਟ ਸੋ ਫਤਿਹ ਨੂੰ ਉਸਦੀ ਆਂਟੀ ਕਿਵੇਂ ਮਿਲੀ ਦਾ ਆਂਟ ਵਾਸ ਨਾਟ ਆਲ ਪਲੀਜ਼ ਤੇ ਉਹਦੀ ਜਿਹੜੀ ਆਂਟ ਸੀਗੀ ਉਹ ਉਹਨੂੰ ਵੇਖ ਕੇ ਇਹਨਾਂ ਖੁਸ਼ ਨਹੀਂ ਸੀ ਹੋਈ शी थॉट ऑफ फतिक इज़ एन अनैसैसरी एडिशन टू हर फैमिली और उसने की सोचा कि जो फतिक है वो फालतू तो ही उसके घर परिवार आ चुका है वाई कुडन फटिक डू वेल लैट स्कूल और हाउ डिड फतिक फेव एट हिज न्यू स्कूल इन कोलकाता तो कोलकाता जाके फतिक ने किमें परफॉर्म किया फतिक वॉज एल ट्रीटेड एट हिज अंकल्स हाउस अंकल हाउस में सही तरीके ट्रीट नहीं किया तो इस करके हमेशा सैड रहता दुखी रहता ही वॉज ऑलवेज सैड ही कुड नाट पुट हिस माइंड ऑन हिस्टडीज तो इस करके अपना दिमाग जो स्टडीज उ नहीं सी लगा पाता नैचुरली ही कुड नाट डू वैल इन दकूल तो इस करके स्कूल सही तरीके परफॉर्म नहीं सी कर पाता वाई डिड बिशंबर सेंड फॉर हिस्सर हम बिशंबर ने भेजा सॉरी बिशंबर ने फिक ना फतिक, फतिक वॉज सीरियसली काफ़ी बीमार हो चुका सर डॉक्टर सैड बॉयस कंडीशन वॉज क्रिटिकल तो जहाँ मुंडा सगा वो इन्ना बीमार पै गया कि डॉक्टर ने कह दिता हालत बेहद खराब है तो इस करके बिशंबर ने उदू अपनी सिस्टर को भेज दिता से वट वर फतिक्स लास्ट वर्ड फतिक आखिरी वर्ड की सब फ्स लास्ट वर्ड वर मदर द हॉलीडेस हेर कि मम्मी छुट्टिया आ चुकिया ने हम अगला चैप्टर स्टार्ट कर दें द मेकिंग ऑफ द अर्थ चैप्टर सैवन वट आर पलैनट्स पलैनट्स की द बॉडी डैट गोस राउंड अ स्टार इज कॉल्ड पलैनट जो कि स्टार के लागे लागे घूमते हैं उन्होंने आप पलैनट क फॉर एग्जाम्पल द सन इज अ स्टार जिमें कि एक सन है स्टार है एंड द अर्थ गोस अराउंड एट जी अर्थ है आले दुआले घूमती है दस द अर्थ इज अ पलैनट ऑफ द सन तं करके अर्थ की है सन दी पलैनट है डिफाइन सोलर सिस्टम सोलर सिस्टम की होंगे सोलर सिस्टम मीनस द फैमिल ऑफ द सन सोलर का मतलब ही सन होंगे सोलर सिस्टम की है सन दैमिल इट इंकलूड सन ये सन होंट् पलैनट्स ये पलैनट्स होंगे एंड द सैटलाइट्स ऑफ दिस पलैनट्स इन्होंने पलैनट्स दैटेलाइट होंगी तो आप सैटेलाइट किनू कहें द मून इज द नैचुरल सैटेलाइट ऑफ अर्थ अर्थ की नैचुरल सैटेलाइट कौन है मून है ठीक है तीन चीज़ा होंगे ने सूरज आप हूं वे पलैनट्स होंगे ग्रह हूँ सैटेलाइट्स होंगे ने उन्हों दियाँ हाउ कैन यू डिस्किंग बिटवीन पलानट्स एंड स्टार्स प्लैनट्स के स्टार्स में फर्क होंगे स्टार्स ट्विंकल स्टार्स ने चमक देने, वाइल्ड डॉन प्लैनेट्स चमक दे नहीं ने दिस इज द रियल वे टू डिस्टिंगश बिटवीन द पलैनट एंड स्टार तो आ ही सही तरीका कि तुम फर्क पहचान सको प्लैनेट्स से स्टार्स के वायर डू स्टार ट्विंकल स्टार्स क्यों चमकते हैं द स्टार लाइक द सन आर बॉल्स ऑफ फायर तो सूरज वागू ही स्टार्स भी अग दे गोले ने ਐਸ ਦੇ ਰੇਸ ਪਾਸ ਥਰੂ ਦਾ ਡਿਫਰੈਂਟ ਲੇਅਰਸ ਆਫ ਦਾ ਐਟਮੋਸਫੇਅਰ ਦੇ ਸੀਮ ਟੂ ਬੀ ਟਵਿੰਕਲਿੰਗ ਤੇ ਜਦੋਂ ਉਹਨਾਂ ਦੀ ਜਿਹੜੀਆਂ ਰੋਸ਼ਨੀ ਉਹ ਪਾਸ ਹੁੰਦੀ ਹੈ ਅੱਗ ਦੀ ਤੇ ਉਹ ਐਂਡ ਲੱਗਦਾ ਕਿ ਜਿਵੇਂ ਤਾਰੇ ਚਮਕ ਰਹੇ ਨੇ ਹਾਊ ਵਾਸ ਦਾ ਅਰਥ ਫਰਮ ਅਰਥ ਕਿਵੇਂ ਬਣੀ ਦਾ ਅਰਥ ਸ਼ਾਰਟ ਆਊਟ ਫਰਮ ਦਾ ਸਨ ਜਿਹੜਾ ਅਰਥ ਸੀ ਕੋ ਵੀ ਪਹਿਲੇ ਸੂਰਜ ਦਾ ਹਿੱਸਾ ਸੀਗਾ ਤੇ ਉਹ ਸੂਰਜ ਵਿੱਚੋਂ ਇੱਕ ਉਹਦਾ ਛੋਟਾ ਟੁਕੜਾ ਜਿਹੜਾ ਉਹ ਬਾਹਰ ਨਿਕਲ ਆਇਆ ਇਨ ਦਾ ਬਿਗਨਿੰਗ ਇਟ ਵਾਸ ਵੈਰੀ ਹੌਟ ਦਾ ਸਟਾਰਟਿੰਗ ਵਿੱਚ ਅਰਥ ਵੀ ਬਹੁਤ ਜ਼ਿਆਦਾ ਗਰਮ ਸੀ ਇਟ ਟੁਕ ਮਿਲੀਅਨ ਆਫ ਇਅਰਸ ਟੂ ਕੂਲ ਡਾਊਨ ਤੇ ਇਹਨੂੰ मिलियंस लखਾਂ ਸਾਲ ਲੱਗੇ ਸੀਗੇ ਠੰਡੀ ਹੋਣ ਵਾਸਤੇ ਵਾਈ ਡਸ ਦਾ ਮੂਨ ਲੁੱਕ ਬਿਗਰ ਦਨ ਦਾ ਸਟਾਰਸ ਮੂਨ ਸਟਾਰਸ ਨਾਲੋਂ ਵੱਡੇ ਕਿਉਂ ਵੱਡਾ ਕਿਉਂ ਲੱਗਦਾ ਦਾ ਮੂਨ ਲੁੱਕ ਬਿਗਰ ਦਨ ਦਾ ਸਨ ਬਿਕਾਉਜ਼ ਇਟ ਇਜ਼ ਕੁਆਇਟ ਨੀਅਰ ਟੂ ਦਾ ਅਰਥ ਜਿਹੜਾ ਮੂਨ ਹੈ ਉਹ ਅਰਥ ਦੇ ਬਹੁਤ ਨੇੜੇ ਹੈ ਜਬਕਿ ਜਿਹੜੇ ਸਟਾਰਸ ਨੇ ਉਹ ਅਰਥ ਤੋਂ ਦੂਰ ਨੇ ਇਸ ਕਰਕੇ ਮੂਨ ਸਾਨੂੰ ਵੱਡਾ ਦਿਖਦਾ ਅਗਲੇ ਚੈਪਟਰ ਤੇ ਮੂਵ ਕਰਦੇ ਹਾਂ ਦਾ ਰੂਲ ਆਫ ਦਾ ਰੋਡ ਫਰਸਟ ਕੁਐਸਚਨ ਵਾਈ ਵਾਸ ਦਾ ਸਟਾਊਟ ਲੇਡੀ ਵਾਕਿੰਗ ਡਾਊਨ ਦਾ ਮਿਡਲ ਆਫ रोडी स्टाउट लेडी सी रोड क्यों तुर रही थी शी थॉट शी हैड लिबर्टी टू वॉक वेयर एवर शी लाइक ओनू की लगा कि ओनू फुली फ्रीडम है जिथे मर्जी वह तुरे फिरे जो मर्जी वो करे शी सैन नाउ दे हैड गोट लिबर्टी तो उसने की क्या कि हम सू आज़ादी मिल चुकी है हाउ वॉज द स्टाउट लेडी मिसटेकन अबाउट लिबर्टी तो उस स्टाउट लेडी जी उन्होंने की गलती लगी सी लिबर्टी बारे आंसर शी फेल टू अंडरसटैंड दैट इफ एवरी मैन वर फ्री ਟੂ ਡੂ ਵਾਟ ਹੀ ਲਾਈਕ ਦੇ ਵੁੱਡ ਬੀ ਨੋ ਫਰੀडम ਐਟ ਆਲ ਤੇ ਉਹ ਇੰਨਾ ਭੁੱਲ ਗਈ ਸੀਗੀ ਕਿ ਅਗਰ ਹਰ ਇੱਕ ਬੰਦੇ ਨੂੰ ਆਜ਼ਾਦੀ ਦੇ ਦਿੱਤੀ ਜਾਵੇ ਕਿ ਤੂੰ ਜੋ ਮਰਜ਼ੀ ਕਰ ਤੇ ਕਿਸੇ ਦੀ ਵੀ ਫਰੀडम ਨਹੀਂ ਰਹੇਗੀ ਫੋਰ ਐਗਜ਼ਾਮਪਲ ਕਿ ਹਰ ਇੱਕ ਬੰਦੇ ਨੂੰ ਕਿਹਾ ਜਾਵੇ ਕਿ ਬਈ ਤੁਸੀਂ ਜੋ ਮਰਜ਼ੀ ਕਰੋ ਕਿਸੇ ਵੀ ਬੰਦੇ ਨੂੰ ਮਾਰ ਦੇਵੋ ਤੁਸੀਂ ਡਰ ਕੇ ਅੰਦਰ ਆ ਜਾਣਾ ਘਰਾਂ ਦੇ ਵਿੱਚ ਕਿ ਬਈ ਮੇਰੀ ਫਲਾਣੇ ਨਾਲ ਪਰਸੋਂ ਲੜਾਈ ਹੋਈ ਸੀ ਮਾਰਨ ਦੀ ਫੁੱਲੀ ਹੈ ਜਦ ਜੋ ਮਰਜ਼ੀ ਕਰੋ ਫੁੱਲੀ ਹੈ ਜਦ ਹੀ ਉਹ ਮੈਨੂੰ ਮਾਰ ਹੀ ਨਾ ਦੇਵੇ ਕਿਤੇ ਜਾਣ ਨੂੰ ਫਿਰ ਤੁਹਾਡੀ ਜਿਹੜੀ ਆਜ਼ਾਦੀ ਉਹ ਆਪਣੇ ਆਪ ਜਿਹੜੀ ਹੈ ਉਹ ਕਾਇਦ ਹੋ ਜਾਣੀ ਹੈ ਤੇ ਇਦਾਂ ਹੀ ਅਗਰ ਹਰ ਇੱਕ ਨੂੰ ਪੂਰੀ ਆਜ਼ਾਦੀ ਦਿੱਤੀ ਜਾਵੇ ਜੋ ਮਰਜ਼ੀ ਉਹ ਬੰਦਾ ਕਰੇ ਕੁਛ ਨਾ کیا ਜਾਵੇ ਤਾਂ ਕੋਈ ਵੀ ਇਸ ਦੁਨੀਆ ਦੇ ਉੱਪਰ ਫ੍ਰੀ ਨਹੀਂ ਰਹਿ ਪਾਏਗਾ ਦੇਰ ਊਡ ਬੀ ਚਾਓਸ ਏਵਰੀਵੇ ਤੇ ਹਰ ਕਿਤੇ ਭਗੜਣ ਮਚੀ ਹੋਊਗੀ ਵਟ ਵਾਸ ਦਾ ਪੁਲਿਸਮੈਨ ਐਟ ਪਿਕੈਡੀਲੀ ਸਰਕਸ ਸਿੰਬਲਾਈਜ਼ਡ ਤੇ ਜਿਹੜਾ ਪੁਲਿਸਮੈਨ ਸੀਗਾ ਪਿਕੈਡੀਲੀ ਸਰਕਸ ਤੇ ਉਹਨੇ ਕੀ ਸਿੰਬਲਾਈਜ਼ ਕੀਤਾ ਉਹਨੇ ਕੀ ਦੱਸਿਆ ਹੀ ਸਿੰਬਲਾਈਜ਼ਸ ਦਾ ਟਰੂ ਮੀਨਿੰਗ ਆਫ ਲਿਬਰਟੀ ਉਹਨੇ ਲਿਬਰਟੀ ਦਾ ਅਸਲੀ ਮੀਨਿੰਗ ਜਿਹੜਾ ਉਹ ਸਮਝਾਇਆ he puts a little check on our personal liberty so that there is a social liberty they unna ne kiah ke oh thoda thoda checking jade ho saadi personal liberty te karde dende hai taaki puri hi society di jadi liberty hai oh rave can we do whatever we feel like doing तो असी की कर सकते हैं जो मर्जी आपको चाहिए आंसर लिबर्टी इज़ नॉट परसनल अफेयर लिबर्टी परसनल नहीं होंगी इट इज़ सोशल कॉन्ट्रैक्ट हर एक लिबर्टी चाहिए होंगी है पूरी सोसायटी की लिबर्टी है सो वी कैन नॉट बी फ्री टू डू वट एवर वी लाइक टू डू इस करके अं फ्री नहीं है कि जो मर्जी असी करी जाइए क्वेश्चन अगला हैगा वट वॉज द राइटर रीडिंग ड्यूरिंग द जर्नी राइटर अपनी जर्नी ड्यूरिंग की रीड कर रहा है वॉज रीडिंग अ ब्लू बुक और ब्लू कलर दुक पढ़ रहा है वाई डिड द रइटर नीड अ रीज़नेबल सायलेंस इन द कंपार्टमेंट तो रइटर न बिल्कुल शांति क्यों चाहती सी कंपार्टमेंट के उस डब्बे के रेल दे द रइटर वॉज नॉट रीडिंग द बुक फॉर क्लाइर वो अपनी खुशी वास्ते बुक नहीं पढ़ रहा ही वॉज रीडिंग इट फॉर अ सीरीयस परपज़ थे वो किसी सीरीयस परपज़ के वास्ते इस पढ़ रहा दैट वॉज वाई ही नीडेड रीजनेबल सायलेंस करके उन्होंने कुछ शांति जी वह चाहिए सी ट्रेन के डबेबर ऑन द ट्रेन ट्रेन ने डिसब किया टू पैसेंजर्स दू पैसेंजर ट्रेन आए वन ऑफ दैम टॉकउली एक बहुत उची उच्च बोल रहा था द ऑथर कुट ऑन द बुकड टू रीड ऑथर जो बुक नहीं पढ़ पा रहा जी उन्हें पढ़नी अगला क्वेश्चन है वट वॉज दैसेंजरस बारे गलबात कर रहा था वॉज नॉट टॉकिंग ऑफ एनी पर्टीकुलर थिंग किसी परीकुलर चीज़ बारे नहीं सी बोल रहा ही वॉज़ टॉकिंग ऑफ एनी एंड एवरी सब्जेक्ट अंडर द सन हर एक चीज़ बारे बोली जा रहा है जो भी उूझदी सगी सो क्लास टेंथ वाले इतने ही जे ने शॉर्ट क्वेश्चन आंसरस जोड़े है फस्ट सैक्शन ए कंप्लीट होंगे ने आशा करते हैं कि तुम्हें साड़ी वीडियो पसंद आई होएगी असं क्लास ट्वैल्थ वास्ते भी अपलोड करते रहने हैं और अभी क्लास टेंथ वास्ते अपलोड करना स्टार्ट किया आशा करते हैं कि तह जो है कोशिश पसंद आई होगी लाइक करना ना भुल्यो सबसक्राइब करो सानल अपने दोस्तों भी शेयर करना बिल्कुल ना भुल्यो देखने वास्ते बहुत बहुत धनबाद